ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਾਰਿਆਂ ਦਾ, ਮੈਂ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਸਾਡੇ ਚੈਨਲ ਪ੍ਰਿੰਸ ਪੰਜਾਬੀ ਟ੍ਰੈਵਲਰ ਉੱਪਰ ਸਵਾਗਤ ਕਰਦੇ ਹਾਂ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦੇ ਨਾਲ ਬਣੇ ਹੋਰ ਸਥਾਨਾਂ ਦੇ ਦਰਸ਼ਨ ਕਰਾਂਗੇ ਜੀ। ਇਹ ਅਸੀਂ ਪੂਰੀ ਸੀਰੀਜ਼ ਬਣਾਵਾਂਗੇ ਜਿਸ ਦੇ ਵਿੱਚ ਅਸੀਂ ਪੌਂਟਾ ਸਾਹਿਬ ਵਿਖੇ ਸਥਿਤ ਸਾਰੇ ਸਥਾਨਾਂ ਦੇ ਦਰਸ਼ਨ ਕਰਾਵਾਂਗੇ ਜੀ। ਇਸ ਲਈ ਸਾਡੇ ਨਾਲ ਇਸ ਪੂਰੀ ਸੀਰੀਜ਼ ਦੇ ਵਿੱਚ ਬਣੇ ਰਹੋ। ਕਿਹਾ ਜਾਂਦਾ ਆ ਜਦੋਂ 10ਵੇਂ ਪਾਤਸ਼ਾਹ ਜੀ ਇਸ ਜਗ੍ਹਾ ਦੇ ਉੱਤੇ ਆਏ ਨੇ, ਪਾਤਸ਼ਾਹ ਨੇ ਪੈਰ ਟਿਕਾਏ ਨੇ, ਤਾਂ ਇਹਦਾ ਨਾਮ ਪੌਂਟਾ, ਪਹਿਲਾਂ ਪੌਂਟਾ ਹੁੰਦਾ ਸੀ, ਪੌਂਟ ਵੀ ਪੈਰ ਟਿਕਾਉਣਾ, ਉਹਨੂੰ ਪੌਂਟਾ ਪੌਂਟਾ ਦੇ ਨਾਂ ਨਾਲ ਮਸ਼ਹੂਰ ਹੋਇਆ ਸੀ। ਕੁਛ ਕੁ ਬੰਦੇ ਇਹ ਵੀ ਗੱਲ ਕਹਿੰਦੇ ਨੇ ਵੀ ਘੋੜੇ ਨੇ ਇਸ ਜਗ੍ਹਾ ਦੇ ਉੱਤੇ ਪੌਂ ਟਿਕਾਇਆ ਸੀਗਾ, ਪੈਰ ਟਿਕਾਇਆ ਸੀ, ਤਾਂ ਇਸਦਾ ਨਾਮ ਪੌਂਟਾ ਪਿਆ ਜੀ। ਪੌਂਟੇ ਤੋਂ ਪੌਂਟਾ ਸਾਹਿਬ ਬਣਿਆ ਜੀ ਸਥਾਨ। ਬਹੁਤ ਸੋਹਣਾ ਸਥਾਨ ਆ ਜੀ ਇਹ, ਬਹੁਤ ਵੱਡਾ ਸਥਾਨ ਆ ਜੀ ਇਹ। ਆਜੋ ਆਪਾਂ ਸਾਰੇ ਜਣੇ ਰਲ ਮਿਲ ਕੇ ਜੀ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ, ਇਸ ਦੇ ਇਤਿਹਾਸ ਬਾਰੇ ਜਾਣਦੇ ਹਾਂ ਜੀ। ਇਹਦੇ ਵਿੱਚ ਜਿੰਨੇ ਸਥਾਨ ਬਣੇ ਹੋਏ ਨੇ, ਹੋਰ ਵੀ ਕੁਛ ਸਥਾਨ ਬਣੇ ਹੋਏ ਨੇ, ਆਪਾਂ ਉਹਨਾਂ ਸਾਰਿਆਂ ਦੇ ਦਰਸ਼ਨ ਕਰਾਂਗੇ ਜੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਵੀ ਕਰਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ, ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਕਰਿਓ ਜੀ। ਹੁਣ ਆਪਾਂ ਚੱਲਦੇ ਹਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ। ਗੁਰਦੁਆਰਾ ਸਾਹਿਬ ਵਿੱਚ ਆਪਾਂ ਰਿਹਾਇਸ਼ ਵੀ ਕਰ ਸਕਦੇ ਹਾਂ। ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉੱਪਰ ਯਾਤਰੀ ਨਿਵਾਸ ਬਣਿਆ ਹੋਇਆ ਜੀ। ਇੱਥੋਂ ਆਪਾਂ ਰਜਿਸਟਰੀ ਕਰਵਾ ਸਕਦੇ ਹਾਂ, ਕਮਰਾ ਲੈ ਸਕਦੇ ਹਾਂ। ਕਮਰੇ ਰੇਟ ਵੀ ਤੁਹਾਨੂੰ ਦੱਸਾਂਗੇ, ਇਸ ਲਈ ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ। ਇੱਥੇ ਜੀ ਫ੍ਰੀ ਡਿਸਪੈਂਸਰੀ ਵੀ ਚਲਾਈ ਜਾਂਦੀ ਹੈ, ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਤੇ ਇਸ ਸਾਈਡ ਬਣਿਆ ਹੋਇਆ ਜੀ ਦਫ਼ਤਰ। ਇਸ ਸਾਈਡ ਤੋਂ ਆਪਣੇ ਰੂਮਸ ਨੇ, ਚੱਲਦੇ ਹਾਂ ਆਪਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਸਾਡਾ ਰੂਮ। ਸਾਡਾ ਹੈ ਜੀ 6 ਨੰਬਰ ਰੂਮ, ਆਪ ਦਿਖਾਉਂਦੇ ਹਾਂ ਤੁਹਾਨੂੰ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਵਿੱਚ ਲਿਆ, 1000 ਰੁਪਏ ਚ ਕਮਰਾ। ਇਸ ਸਾਈਡ ਬਹੁਤ ਸੋਹਣਾ ਵਿਊ ਹੈ। ਇਹ ਆ ਰੂਮ ਜੀ। ਇਹ ਬਣਿਆ ਹੋਇਆ ਜੀ ਸ਼ਹੀਦੀ ਦੀਵਾਨ ਹਾਲ ਜੀ, ਜਿਹਦੇ ਵਿੱਚ ਆਪਾਂ ਬਿਨਾਂ ਪੈਸੇ ਦਿੱਤੇ ਰਹਿ ਸਕਦੇ ਹਾਂ, ਵਿਸ਼ਰਾਮ ਕਰ ਸਕਦੇ ਹਾਂ। ਜਿਹੜਾ ਆਪਾਂ ਪਿੱਛੇ ਤੁਹਾਨੂੰ ਰੂਮ ਦਿਖਾਇਆ ਆ ਉਹ ਪੇਡ ਰੂਮ ਨੇ, ਉਹਦੇ ਵਿੱਚ ਏਸੀ ਲੱਗਿਆ, ਅਟੈਚ ਵਾਸ਼ਰੂਮ ਆ, ਇਸ ਲਈ ਉਹਦੇ ਪੈਸੇ ਲਏ ਜਾਂਦੇ ਨੇ ਜੀ। ਪੰਜਾਬੀ, ਹਿੰਦੀ ਅਤੇ ਇੰਗਲਿਸ਼ ਤਿੰਨ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਪਾਤਸ਼ਾਹੀ 10ਵੀਂ ਸੱਚਖੰਡ ਵਸੈ ਨਿਰੰਕਾਰ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਪਾਤਸ਼ਾਹੀ 10ਵੀਂ। ਆਓ ਹੁਣ ਆਪਾਂ ਚੱਲਦੇ ਹਾਂ ਅੰਦਰ ਜੀ, ਤੇ ਸਾਈਡ ਤੇ ਛੋਟਾ ਜਿਹਾ ਬਾਜ਼ਾਰ ਲੱਗਿਆ ਹੋਇਆ, ਕੁਝ ਦੁਕਾਨਾਂ ਨੇ ਜਿੱਥੋਂ ਆਪਾਂ ਪਕਾਰ ਲੈ ਸਕਦੇ ਹਾਂ, ਸਿਰ ਤੇ ਬੰਨਣ ਲਈ ਰੁਮਾਲ ਲੈ ਸਕਦੇ ਹਾਂ ਅਤੇ ਬੱਚਿਆਂ ਦੇ ਖਿਡੌਣੇ ਵੀ ਲੈ ਸਕਦੇ ਹਾਂ ਜੀ। ਆਓ ਹੁਣ ਆਪਾਂ ਚੱਲੀਏ ਅੰਦਰ ਜੀ। ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋਣ ਦੇ ਨਾਲ ਇਸ ਸਾਈਡ ਬਣਿਆ ਹੋਇਆ ਜੀ ਗੁਰਮਤ ਲਿਟਰੇਚਰ ਹਾਊਸ।
ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਜੀ ਸਾਹਮਣੇ ਬਣਿਆ ਹੋਇਆ ਜੀ ਜੋੜਾ ਘਰ, ਜਿੱਥੇ ਆਪਾਂ ਨਾ ਜੋੜਾ ਜਮ੍ਹਾਂ ਕਰਵਾ ਕੇ ਦਰਸ਼ਨਾਂ ਲਈ ਜਾ ਸਕਦੇ ਹਾਂ ਜੀ। ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ, ਤੁਸੀਂ ਵੀਡੀਓ ਰੋਕ ਕੇ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਜੀ। ਆਓ ਚਲੀਏ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ ਜੀ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਇਸ ਸਥਾਨ ਉੱਪਰ ਸੀ। ਅੰਦਰ ਹੈ ਜੀ ਵੱਡਾ ਦਰਬਾਰ ਹਾਲ, ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਰਾਜਮਾਨ ਨੇ ਜੀ। ਇਸ ਸਾਈਡ ਬਣਿਆ ਹੋਇਆ ਜੀ ਕੜਾਹ ਪ੍ਰਸ਼ਾਦ ਘਰ, ਜਿੱਥੋਂ ਆਪਾਂ ਕੜਾਹ ਪ੍ਰਸ਼ਾਦ ਲੈ ਸਕਦੇ ਹਾਂ। ਜਿਹੜਾ ਨਾ ਨਾਹਨ ਦਾ ਰਾਜਾ ਸੀ ਉਹਦਾ ਨਾਂ ਸੀ ਮੇਦਿਨੀ ਪ੍ਰਕਾਸ਼, ਤੇ ਗੜਵਾਲ ਦਾ ਰਾਜਾ ਸੀ ਫਤਿਹ ਸ਼ਾਹ ਜੀ, ਤੇ ਕਲਪਿਕ ਰਿਸ਼ੀ ਜੀ ਇਸ ਪੌਂਟਾ ਸਾਹਿਬ ਦੀ ਧਰਤੀ ਦੇ ਉੱਤੇ ਰਹਿੰਦੇ ਹੁੰਦੇ ਸੀ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਉਹ ਗੁਰੂ ਘਰ ਦੇ ਸੇਵਕ ਸਨ ਜੀ। ਰਾਜਾ ਮੇਦਿਨੀ ਪ੍ਰਕਾਸ਼ ਤੇ ਗੜਵਾਲ ਦੇ ਰਾਜੇ ਫਤਿਹ ਸ਼ਾਹ ਦੇ ਵਿੱਚ ਆਪਸੀ ਅਣਬਣ ਸੀਗੀ ਜੀ। ਤਾਂ ਉਹਨਾਂ ਨੇ ਇੱਕ ਵਾਰ ਬੇਨਤੀ ਕੀਤੀ ਕਲਪਿਕ ਰਿਸ਼ੀ ਜੀ ਨੂੰ ਵੀ ਅਸੀਂ ਆਪਣੀ ਇਹ ਅਣਬਣ ਨੂੰ ਮਿਟਾਉਣਾ ਚਾਹੁੰਦੇ ਹਾਂ, ਖਤਮ ਕਰਨਾ ਚਾਹੁੰਦੇ ਹਾਂ, ਅਸੀਂ ਸੰਧੀ ਚਾਹੁੰਦੇ ਹਾਂ ਆਪਸ ਦੇ ਵਿੱਚ, ਵੀ ਸਾਨੂੰ ਇਹਦਾ ਕੋਈ ਹੱਲ ਦੱਸੋ। ਤਾਂ ਕਲਪਿਕ ਰਿਸ਼ੀ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਬੇਨਤੀ ਕਰੋ, ਜੇ ਉਹ ਆਉਣਗੇ ਇਸ ਜਗ੍ਹਾ ਦੇ ਉੱਤੇ ਤੁਹਾਡੇ ਕਹਿਣ ਦੇ ਉੱਤੇ ਤਾਂ ਤੁਹਾਡੀ ਸੰਧੀ ਹੋ ਸਕਦੀ ਆ। ਤਾਂ ਉਹਨਾਂ ਨੇ ਦਸਵੇਂ ਪਾਤਸ਼ਾਹ ਨੂੰ ਬੇਨਤੀਆਂ ਕੀਤੀਆਂ ਜੀ, ਅਰਜ਼ੀਆਂ ਕੀਤੀਆਂ ਦਸਵੇਂ ਪਾਤਸ਼ਾਹ ਅੱਗੇ ਜੀ, ਅਤੇ ਫਿਰ ਦਸਵੇਂ ਪਾਤਸ਼ਾਹ ਇਸ ਜਗ੍ਹਾ ਦੇ ਉੱਤੇ ਆਏ ਜੀ। ਅਤੇ ਦਸਵੇਂ ਪਾਤਸ਼ਾਹ ਨੇ ਨਾਹਨ ਦੇ ਰਾਜੇ ਮੇਦਿਨੀ ਪ੍ਰਕਾਸ਼ ਅਤੇ ਗੜਵਾਲ ਦੇ ਰਾਜੇ ਫਤਿਹ ਸ਼ਾਹ ਦੇ ਵਿੱਚ ਆਪਸ ਦੇ ਵਿੱਚ ਸੰਧੀ ਕਰਵਾਈ ਸੀ ਜੀ। ਇਹ ਜਿਹੜੇ ਆਪਾਂ ਹੁਣ ਸਕਰੀਨ ਦੇ ਉੱਤੇ ਦੇਖ ਰਹੇ ਹਾਂ ਇਹ ਦਸਵੇਂ ਪਾਤਸ਼ਾਹ ਜੀ ਦੇ ਵੇਲੇ ਦੇ ਕਕਾਰ ਨੇ ਜੀ, ਦਸਵੇਂ ਪਾਤਸ਼ਾਹ ਦੇ ਵੇਲੇ ਦੀਆਂ ਕਲਮਾਂ ਨੇ ਜੀ, ਜਿਹੜੀਆਂ ਅੱਜ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਜੀ, ਆਪਾਂ ਦਰਸ਼ਨ ਕਰ ਰਹੇ ਹਾਂ ਸਕਰੀਨ ਦੇ ਉੱਤੇ ਜੀ। ਜਿਹੜਾ ਜੀ ਨਾਹਨ ਆ ਇਸ ਸਥਾਨ ਤੋਂ ਤਕਰੀਬਨ 30 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਆ ਜੀ। ਆਪਾਂ ਸਭ ਨੇ ਜੀ ਇਸ ਸਥਾਨ ਦੇ ਦਰਸ਼ਨ ਕਰ ਲਏ ਹਨ, ਆਓ ਚੱਲਦੇ ਹਾਂ ਹੁਣ ਆਪਾਂ ਉਸ ਸਥਾਨ ਵੱਲ ਜੀ ਜਿੱਥੇ ਦਸ਼ਮੇਸ਼ ਪਿਤਾ ਜੀ ਕਵੀਆਂ ਤੋਂ ਕਵਿਤਾਵਾਂ ਸੁਣਦੇ ਹੁੰਦੇ ਸਨ, ਜਿੱਥੇ ਉਹਨਾਂ ਨੇ ਕਵੀ ਦਰਬਾਰ ਲਗਾਉਂਦੇ ਹੁੰਦੇ ਸਨ ਅਤੇ ਕਵਿਤਾਵਾਂ ਕਰਕੇ ਆਪਣੇ ਕਵੀਆਂ ਨੂੰ ਪੁਰਸਕਾਰ ਦਿੰਦੇ ਹੁੰਦੇ ਸਨ, ਮੋਹਰਾਂ ਦਿੰਦੇ ਹੁੰਦੇ ਸਨ, ਮੋਹਰਾਂ ਦੇ ਗੱਫੇ ਵੰਡਦੇ ਸਨ। ਅਤੇ ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਸੀ। ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਕਵੀ ਦਰਬਾਰ ਅਸਥਾਨ ਪਾਤਸ਼ਾਹੀ ਦਸਵੀਂ ਗੁਰਦੁਆਰਾ ਪੌਂਟਾ ਸਾਹਿਬ ਵਿਖੇ ਸੀ। ਆਓ ਚੱਲਦੇ ਹਾਂ ਸੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਜੀ।
ਹੁਣ ਆਪਾਂ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਜੀ, ਗੁਰਦੁਆਰਾ ਸ਼੍ਰੀ ਕਵੀ ਦਰਬਾਰ ਸਾਹਿਬ ਅਸਥਾਨ ਦੇ ਜੀ, ਇਸ ਅਸਥਾਨ ਉੱਪਰ ਹੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਯਮੁਨਾ ਨਦੀ ਨੂੰ ਸ਼ਾਂਤ ਹੋ ਕੇ ਵਹਿਣ ਦਾ ਹੁਕਮ ਦਿੱਤਾ ਸੀ। ਅੱਜ ਵੀ ਯਮੁਨਾ ਨਦੀ ਇਸ ਸਥਾਨ ਉੱਪਰ ਸ਼ਾਂਤ ਹੋ ਕੇ ਵਹਿੰਦੀ ਹੈ। ਇਹ ਉਹੀ ਸਥਾਨ ਹੈ ਜਿੱਥੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਧੰਨਾ ਜੀ, ਜੋ ਕਿ ਘੋੜਿਆਂ ਲਈ ਘਾਹ ਲਿਆਉਂਦੇ ਹੁੰਦੇ ਸਨ, ਉਹਨਾਂ ਤੋਂ ਕਵਿਤਾ ਦੇ ਅਰਥ ਕਰਵਾ ਕੇ ਚੰਦਨ ਕਵੀ ਦਾ ਹੰਕਾਰ ਤੋੜਿਆ ਸੀ। ਆਪਾਂ ਸਭ ਨੇ ਮਿਲ ਕੇ ਜੀ ਗੁਰਦੁਆਰਾ ਸ਼੍ਰੀ ਕਵੀ ਦਰਬਾਰ ਸਾਹਿਬ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਹਨ। ਤੁਹਾਨੂੰ ਵੀਡੀਓ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਇਹ ਜੀ ਸੰਗਤਾਂ ਨੂੰ ਕੁਝ ਇੰਸਟਰਕਸ਼ਨ ਦਿੱਤੀਆਂ ਗਈਆਂ ਨੇ, ਕੁਝ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਗੁਰਦੁਆਰਾ ਸਾਹਿਬ ਦੀ ਖੂਬਸੂਰਤੀ ਨੂੰ ਬਣਾਇਆ ਰੱਖਿਆ ਜਾਵੇ। ਇਹਨਾਂ ਇੰਸਟਰਕਸ਼ਨਸ ਨੂੰ ਜ਼ਰੂਰ ਫੋਲੋ ਕਰਨਾ ਚਾਹੀਦਾ। ਆਪਾਂ ਨਾ ਜੀ ਜਦੋਂ ਗੁਰਦੁਆਰਾ ਦਸਤਾਰ ਸਾਹਿਬ ਵੱਲੋਂ ਜਾਂਦੇ ਹਾਂ ਤਾਂ ਰਸਤੇ ਵਿੱਚ ਬਣਿਆ ਹੋਇਆ ਆ, ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ, ਗੋਬਿੰਦ ਘਾਟ ਥੱਲੇ ਯਮੁਨਾ ਨਦੀ ਨੂੰ ਇਹ ਰਸਤਾ ਜਾਂਦਾ ਆ ਜੀ, ਪਰ ਰਿਪੇਅਰ ਦਾ ਕੰਮ ਚੱਲ ਰਿਹਾ ਆ, ਇਸ ਕਰਕੇ ਇਸ ਰਸਤੇ ਨੂੰ ਬੰਦ ਕੀਤਾ ਹੋਇਆ ਆ। ਜੇਕਰ ਤੁਸੀਂ ਯਮੁਨਾ ਨਦੀ ਵੱਲ ਨੂੰ ਜਾਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ, ਆਪਾਂ ਸਾਰੇ ਜਣੇ ਰਲ ਮਿਲ ਕੇ ਚੱਲਾਂਗੇ ਥੱਲੇ ਯਮੁਨਾ ਨਦੀ ਵੱਲ ਨੂੰ ਜੀ। ਆਓ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸ਼੍ਰੀ ਦਸਤਾਰ ਸਾਹਿਬ ਵਿਖੇ ਜੀ, ਜਿੱਥੇ ਦਸਵੇਂ ਪਾਤਸ਼ਾਹ ਦਸਤਾਰ ਸਜਾਉਂਦੇ ਹੁੰਦੇ ਸਨ। ਇਹ ਹੈ ਜੀ ਗੁਰਦੁਆਰਾ ਸਾਹਿਬ। ਇਹ ਆ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੈ, ਤੁਸੀਂ ਪੜ੍ਹ ਸਕਦੇ ਹੋ। ਇਸ ਪਵਿੱਤਰ ਸਥਾਨ ਤੇ ਬੈਠ ਕੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦਸਤਾਰ ਸਜਾਉਂਦੇ ਹੁੰਦੇ ਸੀਗੇ। ਜਿਹੜੇ ਉਰੇ ਮਨਮੋਹਕ ਨਜ਼ਾਰੇ ਨੇ, ਕੁਦਰਤ ਦੇ ਨਜ਼ਾਰੇ ਨੇ ਜੀ, ਉਹਨਾਂ ਨੂੰ ਬੈਠ ਕੇ ਸਾਡੇ ਪਾਤਸ਼ਾਹ ਦੇਖਦੇ ਹੁੰਦੇ ਸੀਗੇ ਜੀ। ਬਹੁਤ ਸੋਹਣਾ ਤੇ ਵੱਡਾ ਇਹ ਅਸਥਾਨ ਬਣਿਆ ਹੋਇਆ ਜੀ। ਤੁਸੀਂ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਦੋਂ ਵੀ ਆਵੋ ਤਾਂ ਪਾਉਂਟਾ ਸਾਹਿਬ ਦੇ ਇਹਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਿਓ ਜੀ। ਆ ਜਾਓ ਹੁਣ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਦਸਤਾਰ ਅਸਥਾਨ ਪਾਉਂਟਾ ਸਾਹਿਬ ਦਸਵੇਂ ਪਾਤਸ਼ਾਹ ਜੀ ਦੇ ਅਸਥਾਨ ਦੇ ਜੀ। ਆਪਾਂ ਸਭ ਨੇ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਹਨ। ਇਸ ਸਥਾਨ ਦੇ ਨਾਲ ਹੀ ਆਪਾਂ ਯਮੁਨਾ ਨਦੀ ਦੇ ਦ੍ਰਿਸ਼ ਦੇਖ ਸਕਦੇ ਹਾਂ ਤੇ ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਇਸ ਸਥਾਨ ਉੱਪਰ ਝੂਲਦਾ ਹੋਇਆ ਜੀ। ਇਹਦੇ ਨਾਲ ਹੀ ਬਣਿਆ ਹੋਇਆ ਗੁਰਦੁਆਰਾ ਸ਼ੀਸ਼ ਮਹਿਲ ਜੀ, ਆ ਜਾਓ ਆਪਾਂ ਇਸ ਸਥਾਨ ਦੇ ਵੀ ਦਰਸ਼ਨ ਕਰਦੇ ਹਾਂ। ਜਿਹੜਾ ਸਥਾਨ ਵੱਡਾ ਆ ਜੀ ਪਾਉਂਟਾ ਸਾਹਿਬ ਆਪਣਾ, ਤੇ ਉਹਦੇ ਨਾਲ ਤਿੰਨ ਤੋਂ ਚਾਰ ਸਥਾਨ ਹੋਰ ਬਣੇ ਹੋਏ ਨੇ ਜੀ। ਇਹ ਆ ਗੁਰਦੁਆਰਾ ਸ਼ੀਸ਼ ਮਹਿਲ ਜੀ। ਆਪਾਂ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਨੇ, ਆਪਾਂ ਹੁਣ ਚੱਲਦੇ ਹਾਂ ਥੱਲੇ ਨੂੰ ਜੀ, ਯਮੁਨਾ ਨਦੀ ਨੂੰ ਦੇਖਦੇ ਹਾਂ ਚੱਲ ਕੇ ਨੇੜੇ ਤੋਂ ਜੀ।
ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਵੀਡੀਓ ਚੰਗੀ ਲੱਗਦੀ ਆ ਲਾਈਕ ਐਂਡ ਸ਼ੇਅਰ ਕਰਿਆ ਕਰੋ, ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਜੀ। ਆ ਜਾਓ ਹੁਣ ਆਪਾਂ ਚੱਲਦੇ ਹਾਂ ਥੱਲੇ ਜਮੁਨਾ ਨਦੀ ਵੱਲ। ਸਭਨੇ ਜੀ ਇਸ ਸਥਾਨ ਦੇ ਦਰਸ਼ਨ ਕਰ ਲਏ ਹਨ, ਹੁਣ ਆਪਾਂ ਚੱਲਦੇ ਹਾਂ ਗੁਰੂ ਕੇ ਲੰਗਰਾਂ ਵੱਲ। ਬੜੇ ਜੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਲਾਈਕ ਕਰਿਓ ਅਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੀ। ਆਓ ਚੱਲੀਏ ਜੀ ਹੁਣ ਆਪਾਂ ਗੁਰੂ ਕੇ ਲੰਗਰਾਂ ਵੱਲ। ਆਓ ਜੀ ਹੁਣ ਆਪਾਂ ਚੱਲਦੇ ਹਾਂ ਗੁਰੂ ਕੇ ਲੰਗਰਾਂ ਵੱਲ। ਇਸ ਸਾਈਡ ਹੈ ਜੀ ਗੁਰੂ ਕਾ ਲੰਗਰ, ਰਿਪੇਅਰ ਦਾ ਕੰਮ ਚੱਲ ਰਿਹਾ, ਤੁਸੀਂ ਦੇਖ ਸਕਦੇ ਹੋ। ਹੋਰ ਸੁੰਦਰ ਦਿੱਖ ਦਿੱਤੀ ਸਾਰੀ ਹੈ ਜੀ। ਜੋੜਾ ਘਰ ਦੇ ਨਾਲ ਹੀ ਖਾਸ ਸੇਵਾ ਦਾ ਲੰਗਰ ਹੈ ਜੀ, ਜਿੱਥੇ ਆਪਾਂ ਚਾਹ ਦਾ ਲੰਗਰ ਅਤੇ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਇਸ ਸਾਈਡ ਦੇ ਵਾਸ਼ਰੂਮ ਬਣੇ ਹੋਏ ਨੇ। ਆਓ ਜੀ ਹੁਣ ਆਪਾਂ ਯਮੁਨਾ ਨਦੀ ਵੱਲ ਚੱਲਦੇ ਹਾਂ। ਇਹ ਰਸਤਾ ਪਿੱਛੋਂ ਦੀ ਹੈ ਕਿਉਂਕਿ ਗੋਬਿੰਦ ਘਾਟ ਸਾਹਿਬ ਜਦੋਂ ਬੰਦ ਹੁੰਦਾ ਤਾਂ ਸੰਗਤ ਇਸ ਸਾਈਡ ਤੋਂ ਯਮੁਨਾ ਨਦੀ ਦੇ ਤੱਟ ਤੱਕ ਜਾਂਦੀ ਹੈ ਜੀ। ਇਹ ਹੈ ਜੀ ਯਮੁਨਾ ਨਦੀ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦੇ ਪਿੱਛੇ ਵਹਿੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਯਮੁਨਾ ਨਦੀ ਇਸ ਸਥਾਨ ਤੋਂ ਸ਼ਾਂਤ ਹੋ ਕੇ ਵਹਿੰਦੀ ਹੈ ਕਿਉਂਕਿ ਪਾਤਸ਼ਾਹ ਨੇ ਹੁਕਮ ਕੀਤਾ ਸੀ। ਆਪਾਂ ਜਾਣ ਕੇ ਆਏ ਹਾਂ ਉੱਪਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਜੀ। ਇਸ ਜਗ੍ਹਾ ਤੇ ਬਹੁਤ ਸ਼ਾਂਤੀ ਹੈ, ਜੇਕਰ ਆਪਾਂ ਕੁਛ ਟਾਈਮ ਰਿਲੈਕਸ ਕਰਨਾ ਹੋਵੇ ਤਾਂ ਇਸ ਸਥਾਨ ਉੱਪਰ ਆਪਾਂ ਆ ਸਕਦੇ ਹਾਂ। ਇੱਥੇ ਜੀ ਆਪਾਂ ਯਮੁਨਾ ਨਦੀ ਦੇ ਬਾਰੇ ਦੇਖ ਸਕਦੇ ਹਾਂ ਕਿ ਯਮੁਨਾ ਨਦੀ ਕਿੱਥੋਂ ਸ਼ੁਰੂ ਹੁੰਦੀ ਹੈ। ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ, ਇਹ ਸਾਰਾ ਯਮੁਨਾ ਨਦੀ ਦਾ ਮੈਪ ਦਿਖਾਇਆ ਹੋਇਆ ਤੇ ਇਹ ਹੈ ਜੀ ਯਮੁਨਾ ਨਦੀ ਪੌਂਟਾ ਸਾਹਿਬ ਵਿਖੇ ਜੀ। ਇਸ ਯਮੁਨਾ ਨਦੀ ਦੇ ਨਾਲ ਹੀ ਮੰਦਿਰ ਵੀ ਬਣਿਆ ਹੋਇਆ, ਇੱਥੇ ਆਪਾਂ ਦਰਸ਼ਨ ਕਰ ਸਕਦੇ ਹਾਂ ਜੀ। ਇਹ ਆ ਜੀ ਯਮੁਨਾ ਨਦੀ ਜਿਹੜੀ ਪੌਂਟਾ ਸਾਹਿਬ ਗੁਰਦੁਆਰਾ ਅਸਥਾਨ ਦੇ ਪਿੱਛੇ ਵਹਿੰਦੀ ਆ ਜੀ। ਆਪਾਂ ਦੇਖ ਸਕਦੇ ਹਾਂ, ਆਪਾਂ ਨੂੰ ਹੁਣ ਦੇਖ ਰਿਹਾ ਨਾ ਜਿਵੇਂ ਇਹ ਖਾਲੀ ਹੁੰਦੀ ਆ, ਥੋੜਾ ਜਿਹਾ ਪਾਣੀ ਵਹਿੰਦਾ ਹੁੰਦਾ ਆ। ਜਦੋਂ ਉੱਪਰ ਪਹਾੜਾਂ ਦੇ ਵਿੱਚ ਮੀਂਹ ਪੈਂਦੇ ਨੇ ਤਾਂ ਜਿਹੜੀ ਇਹ ਯਮੁਨਾ ਆ ਇਹ ਪੂਰੀ ਭਰ ਕੇ ਤੁਰਦੀ ਆ। ਜਿਹੜੀਆਂ ਤੁਸੀਂ ਉਹ ਥੱਲੇ ਪੌੜੀਆਂ ਦੇਖ ਰਹੇ ਹੋ ਉਹ ਜ਼ਿਆਦਾਤਰ ਪੌੜੀਆਂ ਪੂਰੇ ਡੁੱਬੀਆਂ ਹੁੰਦੀਆਂ ਨੇ ਪਾਣੀ ਦੇ ਵਿੱਚ ਜੀ। ਇਹ ਆ ਜੀ ਯਮੁਨਾ ਜੀ, ਅੱਜ ਵੀ ਇਹ ਯਮੁਨਾ ਇਸ ਸਥਾਨ ਦੇ ਮਗਰ ਜੀ ਗੁਰਦੁਆਰਾ ਸਾਹਿਬ ਦੇ ਮਗਰਲੇ ਪਾਸੇ ਸ਼ਾਂਤ ਹੋ ਕੇ ਵਹਿੰਦੀ ਆ।
ਜਿਹੜੀਆਂ ਨਦੀਆਂ ਹੁੰਦੀਆਂ ਨੇ ਇਹਨਾਂ ਦਾ ਸ਼ੋਰ ਬਹੁਤ ਜ਼ਿਆਦਾ ਹੁੰਦਾ ਆ। ਦਸਵੇਂ ਪਾਤਸ਼ਾਹ ਨੇ ਇਸ ਨੂੰ ਸ਼ਾਂਤ ਰਹਿਣ ਵਾਸਤੇ ਕਿਹਾ ਸੀ ਤੇ ਜਮੁਨਾ ਇਸ ਜਗ੍ਹਾ ਤੋਂ ਸ਼ਾਂਤ ਹੋ ਗਈ ਤੇ ਇੱਕ ਆ ਜੀ ਉਹ ਜਗ੍ਹਾ ਸਾਹਮਣੇ ਬਣੀ ਹੋਈ ਆ ਸਾਹਮਣੇ ਜੀ ਉਹ ਜਗ੍ਹਾ ਕਿਸ ਦੀ ਆ ਜੀ ਆਪਾਂ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ। ਇਸ ਲਈ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਬਣੇ ਰਹੋ ਜੀ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਚੰਗੀ ਲੱਗਦੀ ਆ ਲਾਈਕ ਐਂਡ ਸ਼ੇਅਰ ਵੀ ਕਰਿਆ ਕਰੋ ਜੀ। ਜਿਹੜਾ ਆਪਣਾ ਗੁਰਦੁਆਰਾ ਸਾਹਿਬ ਆ ਇਹਦੇ ਪਿਛਲੇ ਪਾਸੇ ਭਗਵਾਨ ਸ਼੍ਰੀ ਰਾਮ ਜੀ ਦਾ ਮੰਦਰ ਵੀ ਬਣਿਆ ਹੋਇਆ ਜੀ। ਇਹ ਮੰਦਰ ਵੀ ਬਹੁਤ ਸੋਹਣਾ ਮੰਦਰ ਬਣਾਇਆ ਹੋਇਆ ਜੀ। ਯਮੁਨਾ ਨਦੀ ਪੂਰੇ ਵਹਾ ਤੇ ਹੁੰਦੀ ਹੈ ਤਾਂ ਇਹ ਬਹੁਤ ਸਾਰੇ ਜਣਿਆਂ ਨੂੰ ਆਪਣੇ ਨਾਲ ਲੈ ਜਾਂਦੀ ਹੈ। ਇਸ ਲਈ ਆਪਾਂ ਨੂੰ ਜਦੋਂ ਵੀ ਇਸ ਯਮੁਨਾ ਨਦੀ ਕੋਲ ਆਈਏ ਤਾਂ ਆਪਾਂ ਨੂੰ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਅਣਹੋਣੀ ਆਪਣੇ ਨਾਲ ਨਾ ਹੋਵੇ ਜੀ। ਆਪਾਂ ਸਭ ਨੇ ਮਿਲ ਕੇ ਜੀ ਇਹਨਾਂ ਸਾਰੇ ਸਥਾਨਾਂ ਦੇ ਦਰਸ਼ਨ ਕਰ ਲਏ ਹਨ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਹੁਣ ਆਪਾਂ ਮਿਲਾਂਗੇ ਪਾਉਂਟਾ ਸਾਹਿਬ ਦੇ ਵਿੱਚ ਹੀ ਸਥਿਤ ਹੋਰ ਇਤਿਹਾਸਕ ਸਥਾਨਾਂ ਉੱਤੇ। ਤਦ ਤੱਕ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।